ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਚੰਡੀਗੜ੍ਹ ਤੋਂ ਖਬਰ। ਪੰਜਾਬ 'ਚ ਪਿਛਲੇ 2 ਦਿਨਾਂ 'ਚ ਨਸ਼ਿਆਂ ਦੇ ਕਹਿਰ ਕਾਰਨ ਸੁਰਖੀਆਂ 'ਚ ਆਈ ਸਰਕਾਰ ਨੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ 'ਚ ਵੱਡਾ ਫੇਰ ਬਦਲ ਕਰਨ ਦਾ ਫੈਸਲਾ ਕੀਤਾ ਹੈ। ਸੂਤਰ ਕਹਿੰਦੇ ਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਵਲ ਅਤੇ ਪੁਲਿਸ ਅਫਸਰਾਂ ਦੇ ਤਬਾਦਲਿਆਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਸੂਚੀ ਇਸੇ ਹਫ਼ਤੇ ਜਾਰੀ ਹੋਣ ਦੀ ਸੰਭਾਵਨਾ ਹੈ। ਜ਼ਿਲ੍ਹਾ ਪੁਲਿਸ ਮੁਖੀਆਂ ਯਾਨੀ SSPਆਂ, DCਆਂ ਅਤੇ ਹੋਰ ਅਧਿਕਾਰੀਆਂ ਦੇ ਤਬਾਦਲੇ ਹੋਣਗੇ। ਪੰਜਾਬ ਦੇ ਕੋਨੇ ਕੋਨੇ ਤੋਂ ਆਈ ਨਸ਼ਿਆਂ ਦੇ ਬਾਰੇ 'ਚ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕੀ ਕਹਿੰਦੇ ਆ। ਨਸ਼ਿਆਂ ਦੇ ਮਾਮਲੇ 'ਚ ਮੁਲਾਜ਼ਮਾਂ ਦੇ ਡੋਪ ਟੈਸਟ ਨੂੰ ਲੈ ਕੇ ਨੁਕਤਾਚੀਨੀ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਨੇ ਹੁਣ ਨਸ਼ਿਆਂ ਤੋਂ ਸੁਰਖਰੂ ਹੋਣ ਵਾਲੇ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਉਣ ਦਾ ਨਵੇਕਲਾ ਫੈਸਲਾ ਲਿਆ ਹੈ। ਇਹ ਐਲਾਨ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਰਮਿੰਦਰਾ ਨੇ ਸਰਕਾਰੀ ਸਮਾਗਮ ਦੇ ਸੰਬੋਧਨ ਦੌਰਾਨ ਕੀਤਾ। ਦੂਜੇ ਬੰਨੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਔਰ ਡੋਪ ਟੈਸਟ ਦੇ ਮੁੱਦੇ 'ਤੇ ਮੁਲਾਜ਼ਮਾਂ 'ਚ ਵੱਧ ਰਹੇ ਵਿਰੋਧ ਦੇ ਮੱਦੇਨਜ਼ਰ ਐਲਾਨ ਕੀਤਾ ਹੈ ਕਿ ਡੋਪ ਟੈਸਟ ਰਾਹੀਂ ਨਸ਼ੇ ਦਾ ਪਤਾ ਲੱਗਣ 'ਤੇ ਮੁਲਾਜ਼ਮਾਂ ਨੂੰ ਨਾ ਸਜ਼ਾ ਦਿੱਤੀ ਜਾਏਗੀ ਨਾ ਛਾਂਟੀ ਕੀਤੀ ਜਾਏਗੀ, ਸਗੋਂ ਉਹਨਾਂ ਦੀ ਪਛਾਣ ਗੁਪਤ ਰੱਖੀ ਜਾਏਗੀ ਅਤੇ ਇਲਾਜ ਵੀ ਸਰਕਾਰੀ ਤੌਰ 'ਤੇ ਕਰਾਇਆ ਜਾਏਗਾ। ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਅਤੇ ਸਰਕਾਰੀ ਮੁਲਾਜ਼ਮਾਂ ਦਾ ਡੋਪ ਟੈਸਟ ਕਰਨ ਬਾਰੇ ਆਪਣੇ ਫੈਸਲੇ ਨੂੰ ਜਾਇਜ਼ ਠਹਿਰਾਇਆ ਅਤੇ ਕਿਹਾ ਅਹਿਤਿਆਤ ਵਜੋਂ ਅਜਿਹੇ ਟੈਸਟ ਫੌਜ ਵਿੱਚ ਵੀ ਕੀਤੇ ਜਾਂਦੇ ਨੇ। ਪੁਲਿਸ ਭਰਤੀ ਸਿਖਲਾਈ ਹੁਸ਼ਿਆਰਪੁਰ ਦੇ ਪਾਸਿੰਗ ਆਊਟ ਪਰੇਡ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਹਾਲਾਤ ਨੂੰ ਦੇਖਦਿਆਂ ਅਜਿਹੇ ਸਖ਼ਤ ਕਦਮ ਚੁੱਕੇ ਗਏ ਨੇ। ਬਟਾਲਾ ਤੋਂ ਖਬਰ। ਪਿੰਡ ਦਾਖਲਾ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਲੈਣ ਨਾਲ ਮੌਤ ਹੋਈ ਹੈ। ਨੌਜਵਾਨ ਹੈਪੀ ਮਸੀਹ ਮਾਪਿਆਂ ਦਾ ਇਕਲੌਤਾ ਪੁੱਤ ਸੀ, ਪੇਸ਼ੇ ਵਜੋਂ ਡਰਾਈਵਰ ਸੀ। ਕੁਝ ਦਿਨ ਪਹਿਲਾਂ ਹੈਪੀ ਦੇ 2 ਦੋਸਤ ਵੱਧ ਨਸ਼ਾ ਲੈਣ ਮਗਰੋਂ ਗੰਭੀਰ ਹਾਲਤ ਵਿੱਚ ਉਹਨੂੰ ਘਰ ਛੱਡ ਗਏ। ਉਹਦੀ ਹਾਲਤ ਨੂੰ ਦੇਖਦਿਆਂ ਅੰਮ੍ਰਿਤਸਰ ਹਸਪਤਾਲ ਦਾਖਲ ਕੀਤਾ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਚੰਡੀਗੜ੍ਹ ਰੈਫਰ ਕੀਤਾ। ਇਹਦੇ ਬਾਵਜੂਦ ਉਹ ਬਚ ਨਹੀਂ ਸਕਿਆ। ਥਾਣਾ ਸਦਰ ਅਧੀਨ ਆਉਂਦੇ ਪਿੰਡ ਦਾਖਲਾ ਸੁਰਜੀਤ ਸਿੰਘ ਵਾਲਾ ਹਾਕੀ ਓਲੰਪੀਅਨ ਸੁਰਜੀਤ ਦਾ ਪਿੰਡ ਹੈ। ਉਹਦੀ ਭਜਨੀ ਪਤਨੀ ਪ੍ਰੇਮ ਮਸੀਹ ਦਾ ਦੱਸਣਾ ਕਿ ਉਸਦਾ ਪੁੱਤ ਕਈ ਸਾਲਾਂ ਤੋਂ ਨਸ਼ਿਆਂ ਦਾ ਆਦੀ ਸੀ। ਦੂਜੇ ਬੰਨੇ ਫਿਰੋਜ਼ਪੁਰ ਤੋਂ ਖਬਰ। ਕਸਬਾ ਬੰਬਦੋਟ ਅਧੀਨ ਪੈਂਦੇ ਪਿੰਡ ਵੱਲਿਆਂ ਦੇ ਰਹਿਣ ਵਾਲੇ ਸੁਰਜੀਤ ਸਿੰਘ ਦੀ ਨਸ਼ਿਆਂ ਦੀ ਓਵਰਡੋਜ਼ ਲੈਣ ਕਰਕੇ ਮੌਤ ਹੋਈ ਹੈ। ਫਗਵਾੜਾ ਤੋਂ ਖਬਰ। ਕੁਝ ਦਿਨ ਪਹਿਲਾਂ ਇੱਥੋਂ ਦੇ ਥਾਣੇ 'ਚ ਚਿੱਟਾ ਪੀ ਰਹੀ ਇੱਕ ਵਿਆਹਤਾ ਦੀ ਵਹਿਲ ਹੋਈ। ਵੀਡੀਓ ਦੇ ਮਾਮਲੇ 'ਚ ਕਾਰਵਾਈ ਕਰਦਿਆਂ 3 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਤਰਨ ਤਾਰਨ ਤੋਂ ਖਬਰ। ਔਰਤਾਂ ਨੂੰ ਨਸ਼ੇੜੀ ਬਣਾਉਣ ਦੇ ਮਾਮਲੇ 'ਚ ਪੰਜਾਬ ਸਰਕਾਰ ਵੱਲੋਂ ਸੇਵਾਵਾਂ ਤੋਂ ਫਾਰਗ ਕੀਤੇ DSP ਦਲਜੀਤ ਢਿੱਲੋਂ ਨੂੰ ਸੇਵਾ ਦੌਰਾਨ ਅਲਾਟ ਕੀਤੀ ਸਰਕਾਰੀ ਰਿਹਾਇਸ਼। ਡੂੰਘਾ ਭੇਤ ਬਣਦੀ ਜਾ ਰਹੀ ਹੈ। ਦਲਜੀਤ ਸਿੰਘ ਢਿੱਲੋਂ ਨੇ ਅਕਤੂਬਰ 2011 ਤੋਂ ਲੈ ਕੇ ਫਰਵਰੀ 2014 ਤੱਕ ਬਤੌਰ DSP ਕੰਮ ਕੀਤਾ। ਇਸ ਦੌਰਾਨ ਉਹ ਤਹਿਸੀਲ ਕੰਪਲੈਕਸ ਵਿੱਚ SDM ਦੀ ਸਰਕਾਰੀ ਰਿਹਾਇਸ਼ ਦੇ ਨੇੜੇ ਵਧੀਕ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਵਿੱਚ ਰਹਿੰਦੇ ਸਨ। ਜਾਣਕਾਰੀ ਅਨੁਸਾਰ ਦਲਜੀਤ ਢਿੱਲੋਂ ਨੂੰ ਰਿਹਾਇਸ਼ ਅਲਾਟ ਕੀਤੇ ਜਾਣ ਬਾਰੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਕੋਈ ਵੀ ਸਬੂਤ ਨਹੀਂ ਮਿਲਦਾ।